ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਅੱਜ ਪੂਰੇ ਭਾਰਤ ਵਿੱਚ ਸਰਕਾਰੀ ਬੈਂਕਾਂ ਦੀ ਦੇਸ਼ ਵਿਆਪੀ 2 ਦਿਨਾਂ ਹੜਤਾਲ ਦਾ ਸੱਦਾ ਯੂਨਾਈਟਿਡ ਫੋਰਮ ਅਤੇ ਅਫਸਰ ਯੂਨੀਅਨ ਵੱਲੋਂ ਦਿੱਤਾ ਗਿਆ, ਜਿਸ ਦੇ ਤਹਿਤ ਸਰਕਾਰੀ ਬੈਂਕਾਂ ਨੂੰ ਪੂਰਨ ਤੌਰ ਤੇ ਬੰਦ ਰੱਖਿਆ ਗਿਆ ਅਤੇ ਬੈਂਕ ਅੱਗੇ ਰੋਸ ਪ੍ਰਦਰਸ਼ਨ ਵਜੋਂ ਧਰਨੇ ਅਤੇ ਕੇਂਦਰ ਸਰਕਾਰ ਵਿਰੁੱਧ ਮਾਨਸਾ ਵਿੱਚ ਨਾਅਰੇਬਾਜ਼ੀ ਕੀਤੀ। ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬੈਂਕਾਂ ਦਾ ਨਿੱਜੀਕਰਨ ਦੂਜੇ ਬੈਂਕਾਂ ਵਿੱਚ ਮਰਜ ਨਾ ਕਰੇ, ਨਾਲ ਹੀ ਮੰਗ ਕੀਤੀ ਕਿ ਕਰਮਚਾਰੀਆਂ ਦਾ ਵੇਜ ਰਿਵੀਜ਼ਨ ਅਤੇ ਨਵੀਂ ਭਰਤੀ ਜਲਦ ਕੀਤੀ ਜਾਵੇ। ਨਾਮ ਜੀ, ਮੇਰਾ ਨਾਮ ਕੁਲਦੀਪ ਰਾਏ, ਮੈਂ ਕੈਨਰਾ ਬੈਂਕ ਇੰਪਲੋਈ ਯੂਨੀਅਨ ਤੋਂ ਸਟੇਟ ਕਮੇਟੀ ਮੈਂਬਰ ਹਾਂ। ਅਸੀਂ ਜੋ ਅੱਜ ਇਕੱਠੇ ਹੋਏ ਹਾਂ, ਸਾਡੀਆਂ ਨਵੰਬਰ 2017 ਚੋਂ ਜੋ ਪੈਂਡਿੰਗ ਮੰਗਾਂ ਨੇ ਉਹਦੇ ਰਿਸ਼ਘਰਸ਼ 'ਚ ਇਕੱਠੇ ਹੋਏ ਹਾਂ। ਇਹ ਸਰਕਾਰ ਬਿਲਕੁਲ ਡੀਫ ਐਂਡ ਡੰਬ ਗੂੰਗੀ ਅਤੇ ਬੋਲੀ ਹੋ ਚੁੱਕੀ ਹੈ। ਨਵੰਬਰ 2017 'ਚ ਇਹਨਾਂ ਨੇ ਬਹੁਤ ਹੀ ਮੇਜਰ ਔਫਰ 2% ਬੇਸ਼ਰਮੀ ਵਾਲੇ ਔਫਰ ਨਾਲ ਸਟਾਰਟ ਕੀਤੀ, ਜਿਸ ਨੂੰ ਅਸੀਂ ਮਨਵਾ ਕੇ ਹੁਣ ਤੱਕ 13.5% ਅਤੇ 15% ਤੱਕ ਵੀ ਲੈ ਆਏ ਹਾਂ। ਪਰ ਜੋ ਸਾਡੀਆਂ ਅਦਰ ਮੰਗਾਂ ਨੇ ਨਾਲ 5-day ਬੈਂਕਿੰਗ ਦੀ, ਸਪੈਸ਼ਲ ਅਲਾਊਂਸ ਨੂੰ ਬੇਸਿਕ ਵਿੱਚ ਮਰਜਰ ਕਰਨ ਦੀ, ਹਰ ਲੈਵਲ 'ਤੇ ਭਰਤੀ ਖੋਲ੍ਹਣ ਦੀ, ਕਸਟਮਰਾਂ ਨੂੰ ਮਿਨੀਮਮ ਬੈਲੈਂਸ ਦੇ ਨਾਂ 'ਤੇ ਲੱਗਣ ਵਾਲੇ ਨਜਾਇਜ਼ ਖਰਚੇ ਰੋਕਣ ਲਈ, ਉਹ ਮੰਗਾਂ 'ਤੇ ਸਰਕਾਰ ਅਜੇ ਵੀ ਅੜੀਅਲ ਰਵੱਈਆ ਬਣਾਈ ਬੈਠੀ ਹੈ। ਪਰ ਅਸੀਂ ਇਹ 2 ਦਿਨ ਦੀ ਸਟ੍ਰਾਈਕ ਨਾਲ ਸਰਕਾਰ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਇਸ ਤੋਂ ਬਾਅਦ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਮਾਰਚ ਦੇ ਵਿੱਚ ਅਸੀਂ 3 ਦਿਨ ਦੀ ਸਟ੍ਰਾਈਕ ਦਿੱਤੀ ਹੈ, ਫਿਰ ਵੀ ਜੇ ਸਰਕਾਰ ਦੇ ਕੰਨ 'ਤੇ ਜੂ ਨਹੀਂ ਸਰਕਦੀ ਤਾਂ 1 April ਤੋਂ ਅਸੀਂ ਇੰਡੈਫੀਨਿਟ ਸਟ੍ਰਾਈਕ 'ਤੇ ਵੀ ਜਾਣ ਨੂੰ ਤਿਆਰ ਬੈਠੇ ਹਾਂ। ਧੰਨਵਾਦ ਜੀ ਕੁਲਦੀਪ ਰਾਏ। ਅੱਜ ਸਾਰੇ ਬੈਂਕਾਂ ਦੀ ਹੜਤਾਲ ਹੈ, ਉਸ ਸੰਬੰਧ ਦੇ ਵਿੱਚ ਸਭ ਧਰਨੇ 'ਤੇ ਬੈਠੇ ਹੋਏ ਹੈ। ਆਪਾਂ ਗੱਲ ਕਰਦੇ ਹਾਂ ਭਾਅ ਜੀ ਨਾਲ। ਭਾਅ ਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਨਿਰਪਾਲ ਸਿੰਘ, ਮੈਂ ਆਈਬੋਕ ਦਾ ਜ਼ਿਲ੍ਹਾ ਪ੍ਰਧਾਨ ਅਤੇ ਸਟੇਟ ਆਫ ਇੰਡੀਆ ਆਫਿਸਰ ਐਸੋਸੀਏਸ਼ਨ ਦਾ ਰੀਜਨ ਸੈਕਟਰੀ ਹਾਂ। ਜੋ ਸਾਡੀ ਅੱਜ ਦੀ ਹੜਤਾਲ ਹੈ, ਇਹ ਸਾਡੀ ਯੂਨਾਈਟਿਡ ਫੋਰਮ ਦੇ ਸੱਦੇ 'ਤੇ ਪੂਰੇ ਦੇਸ਼ ਦੇ ਵਿੱਚ ਸਾਡੇ ਸਾਰੇ ਪਬਲਿਕ ਸੈਕਟਰ ਬੈਂਕਾਂ ਦੀਆਂ ਕਰਮਚਾਰੀ ਅਤੇ ਆਫਿਸਰ ਐਸੋਸੀਏਸ਼ਨਾਂ ਸਟ੍ਰਾਈਕ ਕਰ ਰਹੀਆਂ ਹਨ। ਇਹ ਸਟ੍ਰਾਈਕ ਕਰਨਾ ਸਾਡੀ ਕੋਈ ਐਸੋਸੀਏਸ਼ਨਾਂ ਦਾ ਸ਼ੌਕ ਨਹੀਂ ਹੈ, ਸਾਨੂੰ ਮਜਬੂਰੀ ਵਾਸਤੇ ਇਹ ਸਟ੍ਰਾਈਕ ਕਰਨੀ ਪੈ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਜੋ ਕਿ ਇਹਨੇ ਪਿਛਲੇ ਸਮਿਆਂ ਤੋਂ ਬਹੁਤ ਹੀ ਲਾਰੇ ਲਾ ਕੇ ਸਾਨੂੰ ਰੱਖਿਆ ਹੋਇਆ ਹੈਗਾ। ਇਹਨਾਂ ਨੇ ਹਰ ਕੰਮ ਦੇ ਵਿੱਚ ਲਾਰਾ ਲਾਇਆ, ਜੋ ਕਿ ਸਾਡੀ ਵੇਜ ਰਿਵੀਜ਼ਨ ਹਰ 5 ਸਾਲ ਬਾਅਦ ਸਾਡੀ ਡਿਊ ਹੁੰਦੀ ਹੈ। ਹੁਣ ਸਾਡੀ ਵੇਜ ਰਿਵੀਜ਼ਨ ਪਿੱਛੇ ਨਵੰਬਰ 2017 ਤੋਂ ਡਿਊ ਸੀਗੀ, ਜੋ ਕਿ ਸਰਕਾਰ ਨੇ ਇਹ ਆਟੋਮੈਟਿਕਲੀ ਕਰਨੀ ਸੀ, ਪਰ ਇਹ ਸਰਕਾਰ ਦੇ ਕੰਨ 'ਤੇ ਜੂ ਨਹੀਂ ਸਰਕੀ। ਇਹ ਸਰਕਾਰ ਨੇ ਸਾਨੂੰ ਪਹਿਲਾਂ ਤਾਂ ਗੱਲਬਾਤ ਲਈ ਨਹੀਂ ਬੁਲਾਇਆ, ਪਰ ਜਦੋਂ ਬੁਲਾਇਆ ਤਾਂ ਸਾਡੇ ਨਾਲ 2% ਦਾ ਭੱਦਾ ਮਜ਼ਾਕ ਕਰਕੇ ਇਹਨਾਂ ਨੇ ਸਾਨੂੰ 2% ਦੀ ਪੇਸ਼ਕਸ਼ ਕੀਤੀ, ਜੋ ਕਿ ਸਾਡੇ ਸਾਰੇ ਕਾਮਰੇਡ ਨੂੰ ਬਹੁਤ ਨਾਮਨਜ਼ੂਰ ਹੈ। ਇਸ ਕਰਕੇ ਅਸੀਂ ਹੁਣ 2 ਦਿਨਾਂ ਦੀ ਸਟ੍ਰਾਈਕ 'ਤੇ ਜਾ ਰਹੇ ਹਾਂਗੇ ਸਾਡੇ ਯੂਨਾਈਟਿਡ ਫੋਰਮ ਦੇ ਸੱਦੇ 'ਤੇ। ਅਗਰ ਸਰਕਾਰ ਸਾਡੀ ਇਹ 2 ਦਿਨ ਦੀ ਸਟ੍ਰਾਈਕ ਤੋਂ ਬਾਅਦ ਵੀ ਸੁੱਤੀ ਨੀਂਦ ਤੋਂ ਨਹੀਂ ਜਾਗਦੀ, ਤਾਂ ਫਿਰ ਅਸੀਂ ਫਰਵਰੀ ਦੇ ਵਿੱਚ 11-12-13 ਦੀ ਸਟ੍ਰਾਈਕ ਰੱਖੀ ਹੈਗੀ 3 ਦਿਨ ਦੀ। ਅਗਰ ਉਸ ਸਟ੍ਰਾਈਕ ਤੋਂ ਬਾਅਦ ਵੀ ਇਹ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਸਰਕਾਰ ਨਹੀਂ ਜਾਗੂਗੀ, ਤਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਯੂਨਾਈਟਿਡ ਫੋਰਮ ਦੇ ਸੱਦੇ 'ਤੇ ਸਾਡੇ ਬੈਂਕ ਐਸੋਸੀਏਸ਼ਨਾਂ ਅਨਡੈਫੀਨਿਟ ਸਟ੍ਰਾਈਕ 'ਤੇ ਜਾ ਰਹੀਆਂ। ਥੈਂਕ ਯੂ। ਮਾਨਸਾ ਤੋਂ ਰਾਜੀਵ ਸ਼ਰਮਾ ਆਜ਼ਾਦ, ਦਿਵਿਆ ਪੰਜਾਬ ਟੀਵੀ।